ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਆਓ ਆਤਮ ਦਰਸ਼ਨ ਕਰਵਾਉਂਦੇ ਹਾਂ। ਬਹੁਤੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਬਾਬਾ ਅਮਰਦਾਸ ਜੀ ਮਹਾਰਾਜ ਟਿੱਲਾ ਢਾਬ ਪਿੰਡ ਦੁਗਾਲ ਜ਼ਿਲ੍ਹਾ ਪਟਿਆਲਾ ਜਿੱਥੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਾਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀ ਰਸ਼ੀਨ ਸ਼੍ਰੀ ਮਾਨ ਮਹੰਤ ਹਰਦੇਵ ਦਾਸ ਜੀ ਸਮੂਹ ਨਗਰ ਨਿਵਾਸੀ ਨਗਰ ਪੰਚਾਇਤਾਂ ਪਿੰਡ ਦੁਗਾਲ ਨਿਹਾਲਗੜ੍ਹ ਢੰਡਿਆਲ ਜਿਉਣਪੁਰਾ ਅਤੇ ਸਮੂਹ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਅਤੇ ਅਸਥਾਨ 'ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਪ੍ਰਸਿੱਧ ਕਵੀਸ਼ਰ ਜਥਾ ਓਮਕਾਰ ਮਾਝੀ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਹਨਾਂ ਸਮਾਗਮਾਂ ਮੌਕੇ ਸ਼੍ਰੀਮਾਨ ਮਹੰਤ ਰਾਮਦਾਸ ਜੀ ਚੱਠਾ, ਮਹੰਤ ਰੁੜਕੀ ਦਾਸ ਜੀ ਬੀਰਕਲਾਂ, ਮਹੰਤ ਭਗਵਾਨ ਦਾਸ ਜੀ ਪੁੰਨਾਵਾਲ, ਮਹੰਤ ਚਰਨਦਾਸ ਜੀ ਸਫੀਪੁਰ, ਮਹੰਤ ਨਿੱਕੂ ਦਾਸ ਜੀ ਖੜਿਆਲੀ, ਮਹੰਤ ਗੁਰਮੁਖ ਦਾਸ ਜੀ ਚੱਠਾ, ਮਹੰਤ ਕਮਲਦਾਸ ਜੀ ਭੂਤਨਾ, ਮਹੰਤ ਸੁਦੇਵ ਦਾਸ ਜੀ ਮਾਜਰੀ, ਮਹੰਤ ਮਨਸਾ ਦਾਸ ਜੀ ਸਿਉਣਾ, ਮਹੰਤ ਪ੍ਰਗਟ ਦਾਸ ਜੀ ਖੇੜੀ ਨਗਾਈਆਂ, ਮਹੰਤ ਤਸੇਮ ਦਾਸ ਜੀ ਉਕਸੀ, ਮਹੰਤ ਜਗਦੀਸ਼ ਮੁਨੀ ਜੀ ਨਨਹੇੜਾ, ਮਹੰਤ ਮੇਹਰ ਦਾਸ ਜੀ ਦੁਗਾਲ, ਮਹੰਤ ਤੇਜ ਪ੍ਰਕਾਸ਼ ਜੀ ਸਫੀਪੁਰ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਕਿਛ ਨਾਹੀ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਸ ਕੇ ਸਿਰ
ਆਠ ਪਹਿਰ ਆਰਾਧੇ
ਮੇਰੇ ਰਾਮ ਰਾਏ, ਤੂੰ ਸੰਤਾਂ ਦਾ ਸੰਤ ਤੇਰਾ, ਮੇਰੇ ਰਾਮ ਰਾਏ, ਤੂੰ ਸੰਤਾਂ ਦਾ ਸੰਤ ਤੀਰਥ ਤੋੜੀ ਲੋਚਣਾ,
ਜਗੀਰ ਮੈਂ ਤੂੜੀ ਲੋਚਣ ਰਾਮ ਸ਼ਾਮ ਵੀ ਇਹੋ ਸੋਚਣ ਰਾਮ ਸ਼ਾਮ ਵੀ ਇਹੋ ਸੋਚਣ ਪਿੱਛੇ ਪਿੱਛੇ ਸੰਤ ਜਨਾਵੇ ਪਿੱਛੇ ਪਿੱਛੇ ਸੰਤ ਜਨਾਵੇ ਹਾਜ਼ਰ ਰਹੇ ਹਜੂਰ ਚਾਰ ਪਦਾਰਥ ਲੈਣੇ ਪਰ ਸੰਤਾਲੀ ਪਰ ਸੰਤਾਲੀ ਦੂਰ ਚਾਰ ਪਦਾਰਥ ਲੈਣੇ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਵੀ ਲਏ ਗਏ। ਅਖੀਰ ਸਾਡੇ ਰਿਪੋਰਟਰ ਗੌਰਵ ਕਰਕ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਨ ਮਹੰਤ ਹਰਦੇਵ ਦਾਸ ਜੀ, ਮਹੰਤ ਰਾਮਦਾਸ ਜੀ ਚੱਠਾ ਅਤੇ ਪਾਠੀ ਹਰਬੰਸ ਸਿੰਘ ਛਾਜਰੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਈਆਂ ਸੰਗਤਾਂ ਦਾ, ਮਹਾਂਪੁਰਸ਼ਾਂ ਦਾ ਧੰਨਵਾਦ ਵੀ ਕੀਤਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਵ ਗੁਰ ਪ੍ਰਸਾਦ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ। ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਕੀ ਜੈ। ਧੰਨ ਧੰਨ ਬਾਬਾ ਅਮਰਦਾਸ ਜੀ ਮਹਾਰਾਜ ਕੀ ਜੈ। ਸੰਤ ਬਾਬਾ ਭਗਤ ਦਾਸ ਜੀ ਮਹਾਰਾਜ ਕੀ ਜੈ। ਸੰਤ ਬਾਬਾ ਚਰਨਦਾਸ ਜੀ ਮਹਾਰਾਜ ਕੀ ਜੈ। ਧੰਨ ਧੰਨ ਬਾਬਾ ਨਿਰਮਲ ਦਾਸ ਜੀ ਮਹਾਰਾਜ ਕੀ ਜੈ। ਬਹੁਤ ਹੀ ਸਤਿਕਾਰਯੋਗ ਬ੍ਰਹਮ ਰਿਸ਼ੀ ਮਹਾਨ ਯੋਗੀ ਪਰਉਪਕਾਰੀ ਧੰਨ ਧੰਨ ਬਾਬਾ ਅਮਰਦਾਸ ਜੀ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਭਗਤ ਦਾਸ ਜੀ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਚਰਨਦਾਸ ਜੀ ਮਹਾਰਾਜ, ਤਿੰਨਾਂ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਯਾਦ ਨੂੰ ਮਨਾਉਂਦੇ ਹੋਏ ਸਾਲਾਨਾ ਬਰਸ਼ੀ ਬਸੰਤ ਪੰਚਮੀ ਦੇ ਭੰਡਾਰੇ ਨੂੰ ਮੁੱਖ ਰੱਖਦੇ ਹੋਏ ਪਰਮ ਸਤਿਕਾਰਯੋਗ ਮੌਜੂਦਾ ਮਹੰਤ ਬਾਬਾ ਹਰਦੇਵ ਦਾਸ ਜੀ ਤਥਾ ਸਮੂਹ ਨਗਰ ਨਿਹਾਲਗੜ੍ਹ ਢੰਡਿਆਲ ਦੁਗਾਲ ਜਿਉਣਪੁਰਾ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੇ ਮਿਲ ਜੁਲ ਕਰਕੇ ਧੰਨ ਧੰਨ ਬਾਬਾ ਅਮਰਦਾਸ ਜੀ ਮਹਾਰਾਜ, ਧੰਨ ਧੰਨ ਬਾਬਾ ਭਗਤ ਦਾਸ ਜੀ ਮਹਾਰਾਜ, ਧੰਨ ਧੰਨ ਬਾਬਾ ਚਰਨਦਾਸ ਜੀ ਮਹਾਰਾਜਿਆਂ ਦੀ ਸਾਲਾਨਾ ਬਰਸੀ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਉਹਨਾਂ ਦੇ ਪਾਵਨ ਤਪੋ ਅਸਥਾਨ ਡੇਰਾ ਬਾਬਾ ਅਮਰਦਾਸ ਜੀ ਪਿੰਡ ਢੰਡਿਆਲ ਵਿਖੇ ਮਨਾਈ ਗਈ, ਜਿਸ ਵਿੱਚ ਆਸ ਪਾਸ ਨਗਰਾਂ ਦੀਆਂ ਸਮੂਹ ਸੰਗਤਾਂ ਨੇ ਤਿੰਨੋਂ ਦਿਨ ਆ ਕੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਆਪੋ ਆਪਣੇ ਜਨਮ ਸਫਲੇ ਕੀਤੇ ਅਤੇ ਭੋਗ ਦੇ ਸਮੇਂ 'ਤੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖਾਂ ਨੇ ਆ ਕਰਕੇ ਹਾਜ਼ਰੀ ਭਰੀ ਅਤੇ ਸਾਰੇ ਹੀ ਮਹਾਂਪੁਰਖਾਂ ਦਾ ਅਤੇ ਸਮੂਹ ਨਗਰਾਂ ਦੀਆਂ ਸੰਗਤਾਂ ਦਾ ਗ੍ਰਾਮ ਪੰਚਾਇਤਾਂ ਦਾ ਪਰਮ ਸਤਿਕਾਰਯੋਗ ਮਹੰਤ ਬਾਬਾ ਹਰਦੇਵ ਦਾਸ ਜੀ ਦੇ ਵੱਲੋਂ ਧੰਨਵਾਦ ਆਖਿਆ ਗਿਆ ਅਤੇ ਮਹਾਂਪੁਰਖਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਉਹਨਾਂ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਪੰਗਤਾਂ ਦੇ ਵਿੱਚ ਭੰਡਾਰਾ ਛਕਾ ਕੇ ਪੰਗਤ ਪੂਜਾ ਦੇ ਕੇ ਮਹਾਂਪੁਰਖਾਂ ਤੋਂ ਆਸ਼ੀਰਵਾਦ ਲਿਆ ਗਿਆ। ਮਹਾਂਪੁਰਖਾਂ ਨੇ ਆਈਆਂ ਹੋਈਆਂ ਸੰਗਤਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਇਲਾਕੇ ਦੀ ਨਗਰ ਦੀ ਸੁੱਖ ਸ਼ਾਂਤੀ ਦੇ ਕਾਮਨਾ ਲਈ ਅਰਦਾਸ ਬੇਨਤੀ ਕੀਤੀ ਅਤੇ ਸਰਬੱਤ ਦਾ ਭਲਾ ਮੰਗਿਆ। ਇੱਕ ਵਾਰ ਫਿਰ ਪਰਮ ਸਤਿਕਾਰਯੋਗ ਮਹੰਤ ਬਾਬਾ ਹਰਦੇਵ ਦਾਸ ਜੀ ਦੇ ਵੱਲੋਂ ਨਗਰਾਂ ਦੀਆਂ ਸਮੂਹ ਸੰਗਤਾਂ ਗ੍ਰਾਮ ਪੰਚਾਇਤਾਂ ਦਾ ਅਤੇ ਆਏ ਹੋਏ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਹਾਨ ਸਮਾਗਮ ਦੇ ਵਿੱਚ ਆ ਕੇ ਆਪੋ ਆਪਣੇ ਜਨਮ ਸਫਲੇ ਕੀਤੇ। ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ। ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ।
ਸਿੱਧ ਸਮਾਧੀ ਵਾਲੇ ਮਹਾਂਪੁਰਸ਼ਾਂ ਦੀ ਜੈ। ਅੱਜ ਸ੍ਰੀ ਮਾਨ 108 ਮਹਾਨ ਤਪਸ਼ਵੀ ਬਾਬਾ ਅਮਰਦਾਸ ਮਹਾਰਾਜ ਜੀ ਦੀ ਬਰਸੀ ਮਨਾਈ ਗਈ। ਟੱਲਾ ਬਾਬਾ ਅਮਰਦਾਸ ਜੀ ਡੇਰਾ ਢਾਬਵਾਲਾ ਵਿਖੇ ਸਾਡੇ ਬਹੁਤ ਸਤਿਕਾਰਯੋਗ ਸ੍ਰੀ ਮਾਨ 108 ਮਹੰਤ ਬਾਬਾ ਹਰਦੇਵ ਦਾਸ ਜੀ ਵੱਲੋਂ ਪਰਸੋਂ ਰੋਜ਼ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ। ਕੱਲ੍ਹ ਮੱਧ ਅੱਜ ਭੋਗ ਆ ਅਤੇ ਮਹਾਂਪੁਰਸ਼ਾਂ ਦੀ ਸਾਲਾਨਾ ਵਰਸੀ ਹੈ। ਸਮੂਹ ਤਿੰਨੇ ਚਾਰੇ ਨਗਰਾਂ ਵੱਲੋਂ ਸਾਡੇ ਬਹੁਤ ਸਤਿਕਾਰਯੋਗ ਮਹੰਤ ਹਰਦੇਵ ਦਾਸ ਜੀ ਵੱਲੋਂ ਪਿੰਡ ਦਗਾਲ ਢੰਡਿਆਲ ਨਿਹਾਲਗੜ੍ਹ ਤਿੰਨਾਂ ਪਿੰਡਾਂ ਵੱਲੋਂ ਬਹੁਤ ਚੜ੍ਹ ਕੇ ਸੇਵਾ ਕੀਤੀ ਗਈ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਏ। ਅਰਦਾਸ ਹੋਈ ਸਰਬੱਤ ਦੇ ਭਲੇ ਵਾਸਤੇ। ਮਹੰਤ ਬਾਬਾ ਹਰਦੇਵ ਦਾਸ ਜੀ ਵੱਲੋਂ ਦੂਰੋਂ ਦੂਰੋਂ ਸੰਤ ਮਹਾਂਪੁਰਸ਼ ਇਸ ਸਮਾਗਮ 'ਤੇ ਬੁਲਾਏ ਗਏ। ਸਾਰੇ ਮਹਾਂਪੁਰਸ਼ਾਂ ਦਾ ਬਹੁਤ ਧੰਨਵਾਦ ਕੀਤਾ ਗਿਆ। ਪੰਗਤ ਲਾਈ, ਪੂਜਾ ਹੋਈ, ਸਾਰੇ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ ਗਿਆ। ਬਾਬਾ ਹਰਦੇਵ ਦਾਸ ਜੀ ਵੱਲੋਂ ਸਾਰੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਆਏ ਹੋਏ ਸਾਧੂ ਮਹਾਤਮਾ ਦਾ। ਇਸੇ ਤਰ੍ਹਾਂ ਇੱਥੇ ਜੱਗ ਤਪ ਤਪੱਛਿਆ ਜਿਵੇਂ ਹੋਈ ਆ, ਇਸੇ ਤਰ੍ਹਾਂ ਪੁੰਨ ਦਾਨ ਹੁੰਦਾ ਰਹੇ, ਸਾਲਾਨਾ ਵਰਸੀਆਂ ਮਨਾਉਂਦੇ ਰਹੀਏ। ਅਸੀਂ ਮਹੰਤ ਬਾਬਾ ਹਰਦੇਵ ਦਾਸ ਜੀ ਮਹਾਰਾਜ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਸਮੂਹ ਸੰਗਤ ਦੇ ਸੰਯੋਗ ਨਾਲ ਇਹ ਪੂਰਨਮਾਸੀ ਦੇ ਤਰ੍ਹਾਂ ਅਖੰਡ ਪਾਠ ਪ੍ਰਕਾਸ਼ ਹੁੰਦੇ ਰਹਿੰਦੇ ਆ। ਹਰ ਪੂਰਨਮਾਸੀ 'ਤੇ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਆ। ਇਹਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਹੰਤ ਹਰਦੇਵ ਦਾਸ ਜੀ ਦਾ। ਇਹ ਮਹੀਨੇ ਅਖੰਡ ਪਾਠ ਕਰਨਾ, ਪਰਉਪਕਾਰ ਕਰਨਾ, ਅੰਨ ਜੱਗ ਚਲਾਉਣਾ ਬਹੁਤ ਵੱਡੀ ਗੱਲ ਆ, ਕਿਉਂਕਿ ਹਰੇਕ ਦੇ ਬੱਸ ਦੀ ਗੱਲ ਨਹੀਂ। ਇਹ ਮਹਾਂਪੁਰਸ਼ ਹੀ ਕਰ ਸਕਦੇ ਨੇ ਇਹੋ ਜਿਹੇ ਪਰਉਪਕਾਰ, ਮਹੀਨੇ ਦੇ ਮਹੀਨੇ ਅਖੰਡ ਪਾਠ ਕਰਨਾ ਲੰਗਰਾਂ ਦੀ ਸੁੱਖ ਸ਼ਾਂਤੀ ਵਾਸਤੇ, ਇਲਾਕੇ ਵਾਸਤੇ। ਇਹ ਹਰਦੇਵ ਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ, ਆਏ ਹੋਏ ਸਾਧੂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ, ਤਿੰਨੇ ਨਗਰਾਂ ਦਾ ਬਹੁਤ ਧੰਨਵਾਦ। ਤਿੰਨੇ ਨਗਰਾਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਹਰਦੇਵ ਦਾਸ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ, ਜਿਵੇਂ ਅਸਥਾਨ ਦੀ ਦਿਨ ਰਾਤ ਬਹੁਤ ਤਰੱਕੀ ਹੋ ਰਹੀ ਆ, ਅੱਜ ਵੀ ਦੇਖੋ ਸਮਾਗਮ ਚੱਲ ਰਿਹਾ, ਮੈਂ ਬਾਰੇ ਦੇਖ ਕੇ ਮਿਸਤਰੀ ਲੱਗੇ ਹੋਏ ਨੇ, ਅੱਜ ਵੀ ਸਮਾਗਮ ਦੇ ਵਿੱਚ ਇਹ ਮਿਸਤਰੀ ਬੰਦ ਹੋ ਜਾਂਦੇ, ਮਹਾਂਪੁਰਸ਼ਾਂ ਦੇ ਸਮਾਗਮ 'ਚ ਵੀ ਚੱਲੀ ਜਾਂਦੇ ਆ ਮਿਸਤਰੀ, ਮੈਂ ਹੁਣੀ ਦੇਖ ਕੇ ਆਇਆ। ਅਤੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟਨ ਧੰਨਵਾਦ, ਜਿਹੜਾ ਹਰ ਪੂਰਨਮਾਸੀ ਨੂੰ ਬੜਾ ਆਸ਼ੀਰਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਮਿਲਦਾ। ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੀਬੇ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਮਹੰਤ ਮਨਸਾ ਦਾਸ ਜੀ ਸਿਉਣਾ ਅਤੇ ਮਹੰਤ ਹਰਦੇਵ ਦਾਸ ਜੀ ਦੁਗਾਲ ਅਤੇ ਗੱਜੂ ਮਾਜਰਾ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਨੂੰ ਜੀ ਆਏ ਵੀ ਆਖਿਆ ਗਿਆ। ਉਦਾਸੀਨ ਆਸ਼ਰਮ ਡੇਰਾ ਬਾਬਾ ਅਮਰਦਾਸ ਜੀ ਮਹਾਰਾਜ ਟਿੱਲਾ ਢਾਬ ਪਿੰਡ ਦੁਗਾਲ ਜ਼ਿਲ੍ਹਾ ਪਟਿਆਲਾ ਤੋਂ ਗੌਰਵਗੜ੍ਹ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ। ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਸਭੇ ਦੀ ਸਮਾਨ ਆਪਣੀ ਮਿਹਰ ਕਰ, ਸਭੇ ਦੀ ਸਮਾਨ ਆਪਣੀ ਮਿਹਰ ਕਰ, ਆਪਣੀ ਮਿਹਰ ਕਰ।
ਅੰਨ ਪਾਣੀ ਮੁਝ ਉਪਾਏ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਸਭੇ ਜੀ ਸਮਾਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ।
ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ले वो कंठ लगाए, कंठ लगाए, ले वो कंठ लगाए, कंठ लगाए, अपना सब हर, अपना सब ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਸਭੇ ਦੀ ਸੰਭਾਲ, ਆਪਣੀ ਮਿਹਰ ਕਰ, ਸਭੇ ਦੀ ਸੰਭਾਲ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਨਾਨਕ ਨਾਮ ਤੇ ਆਏ, ਨਾਮ ਤੇ ਆਏ, ਨਾਨਕ ਨਾਮ, ਨਾਨਕ ਨਾਮ ਤੇ ਆਏ, ਨਾਨਕ ਨਾਮ, ਨਾਨਕ ਨਾਮ, ਨਾਨਕ ਨਾਮ ਤੇ ਆਏ, ਨਾਨਕ ਨਾਮ ਤੇ ਆਏ, ਨਾਨਕ ਨਾਮ ਤੇ ਆਏ, ਨਾਮ ਤੇ ਆਏ, ਪ੍ਰਭ ਕਾ ਸਫਲ ਕਰ, ਪ੍ਰਭ ਕਾ ਸਫਲ ਕਰ, ਪਰ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਸਭੇ ਦੀ ਸਮਾਨ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ।
ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ, ਸ਼ੇਰਪੁਰ। ਮੋਬਾਈਲ 94170 36301 ਅਤੇ 98141 36301।